ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕਲੀਵਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਖਿਲਾਫ ਕਾਲੇ ਬਿੱਲ ਪਾਸ ਕੀਤੇ ਗਏ ਸਨ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਦਿੱਲੀ ਵਿੱਚ ਲੰਮੇ ਸਮੇਂ ਤੋਂ ਸੰਘਰਸ਼ ਕੀਤੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਹਿਸੀਲ ਜ਼ੀਰਾ ਦੇ SDM ਰਣਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ। ਕੇਂਦਰ ਸਰਕਾਰ ਵੱਲੋਂ ਕਣਕ ਦੀ ਫਸਲ 'ਤੇ ਕੀਤੀਆਂ ਨਵੀਆਂ ਸ਼ਰਤਾਂ ਮੁਤਾਬਕ ਕਣਕ ਦਾ ਟੋਟਾ 4% ਤੋਂ ਘਟਾ ਕੇ 2% ਕਰ ਦਿੱਤਾ ਗਿਆ ਹੈ। ਇਸ ਵਾਰ ਖਰੀਦੀ ਜਾਣ ਵਾਲੀ ਕਣਕ ਲਈ ਨਮੀ ਦੀ ਦਰ 14% ਤੋਂ ਘਟਾ ਕੇ 12% ਕਰ ਦਿੱਤੀ ਗਈ ਹੈ। ਜਿਹੜਾ ਘੱਟਾ ਮਿੱਟੀ 4% ਤੱਕ ਹੈ ਉਹ 0% ਤੱਕ ਲਿਆਂਦਾ ਜਾਵੇ। ਦਾਅਵਾ ਹੈ ਕਿ ਕਣਕ ਦੀ ਫਸਲ ਦੀ ਅਦਾਇਗੀ ਜ਼ਮੀਨ ਦੇ ਮਾਲਕ ਨੂੰ ਦੇਵਾਂਗੇ, ਜਦੋਂ ਕਿ ਧਰਾਤਲ 'ਤੇ ਸੱਚਾਈ ਹੈ ਕਿ ਸਿਰਫ 9 ਲੱਖ ਕਾਸ਼ਤਕਾਰ ਹਨ ਅਤੇ 16 ਲੱਖ ਕਾਸ਼ਤਕਾਰ 2-3 ਕਿੱਲੇ ਵਾਲੇ ਹਨ, ਜਿਨ੍ਹਾਂ ਲਈ ਇੰਨੀ ਥੋੜ੍ਹੀ ਜ਼ਮੀਨ 'ਤੇ ਖੇਤੀ ਕਰਨਾ ਵਾਜਬ ਨਹੀਂ ਹੈ। ਉਹਨਾਂ ਨੂੰ ਮਸ਼ੀਨਰੀ ਅਤੇ ਹੋਰ ਤਕਨੀਕ ਦੀ ਲੋੜ ਪੈਂਦੀ ਹੈ, ਜਿਸ ਕਰਕੇ ਮਜਬੂਰੀ ਜ਼ਮੀਨ ਹਿੱਸੇ 'ਤੇ ਠੇਕੇ 'ਤੇ ਦੇਣੀ ਪੈਂਦੀ ਹੈ। ਕੇਂਦਰ ਸਰਕਾਰ ਕਿਸਾਨਾਂ ਖਿਲਾਫ਼ ਮਾਰੂ ਨੀਤੀਆਂ ਅਪਣਾ ਰਹੀ ਹੈ, ਜੋ ਕਿ ਕਿਸਾਨਾਂ ਨੂੰ ਨਾ ਮਨਜ਼ੂਰ ਨਹੀਂ ਹਨ। ਉਹ ਆਪਣੇ ਕਾਨੂੰਨ ਵਾਪਸ ਲੈਣ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਹਾਂਜੀ, ਮੈਂ ਇੰਦਰਜੀਤ ਸਿੰਘ ਬਾੜ, ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ। ਅੱਜ ਅਸੀਂ SDM ਸਾਹਿਬ ਦੇ ਮੰਗ ਪੱਤਰ ਦਿੱਤਾ ਵਾ, ਜਿਹੜਾ ਫੂਡ ਕਾਰਪੋਰੇਸ਼ਨ ਲਿਮਿਟਡ ਆਪਣਾ ਇੰਡੀਆ, ਉਹਨਾਂ ਵੱਲੋਂ ਜਿਹੜੀਆਂ ਬੇਲੋੜੀਆਂ ਸ਼ਰਤਾਂ ਲਾਈਆਂ ਜਾ ਰਹੀਆਂ, ਵੀ ਫਸਲ ਦੇ ਉੱਤੇ ਕਣਕ ਦੀ ਹੁਣ ਕਟਾਈ ਆ ਰਹੀ ਆ, ਵੀ ਇਹਦੇ ਦੇ ਉੱਤੇ ਜਿਹੜੀ ਆ ਟੋਟਾ ਵਾ ਉਹਨੂੰ ਘਟਾ ਕੇ 2% ਕਰ ਦਿੱਤਾ ਗਿਆ, ਇਹ ਜਿਹੜੀਆਂ ਹੈਗੀ ਆ ਉਹਦੀ ਸੇਲ ਆ ਉਹ 12% ਕਰ ਦਿੱਤੀ ਗਈ ਆ, ਜਿਹੜੇ ਘੱਟਾ ਮਿੱਟੀ ਉਹ 0% ਕਰ ਦਿੱਤੀ। ਇਹ ਬੇਲੋੜੀਆਂ ਸ਼ਰਤਾਂ, ਜਾਣੀ ਕਿ ਉਹ ਜਿਹੜੀਆਂ ਵਾ ਸ਼ਰਤਾਂ, ਹੁਣ ਕਣਕ ਜਿਹੜੀ ਆ ਫਰਸ਼ਾਂ 'ਤੇ ਥੋੜ੍ਹੀ ਉਗਾਈ ਜਾਂਦੀ ਆ, ਜ਼ਮੀਨ 'ਤੇ ਉੱਗਣੀ ਆ, ਜ਼ਮੀਨ ਦੇ ਵਿੱਚ ਹੀ ਉੱਥੇ ਜਾ ਕੇ ਸਾਫ਼ ਸਫਾਈ ਹੋਣੀ ਆ, ਉੱਥੇ ਤੁਲਣੀ ਆ, ਪਰ ਇਹ ਬੇਲੋੜੀਆਂ ਸ਼ਰਤਾਂ ਜਿਹੜੀਆਂ ਹਟਾਈਆਂ ਜਾਣ। ਅਤੇ ਨਾਲ ਜਿਹੜੀ ਇੱਕ ਹੋਰ ਆ ਸਭ ਤੋਂ ਵੱਡੀ ਗੱਲ ਆ, ਜਿਹੜੀ ਕਾਸ਼ਤਕਾਰ ਆ ਜਿਹੜਾ ਉਗਾਉਂਦਾ ਇਸ ਚੀਜ਼ ਨੂੰ, ਉਹਨੂੰ ਜਿਹੜਾ ਸਿੱਧੀ ਅਗਦਾਇਗੀ ਦੇਣੀ ਚਾਹੀਦੀ ਆ। ਇੱਕ ਇਹਨਾਂ ਨੇ ਸ਼ਰਤ ਰੱਖ ਲਈ ਆ ਵੀ ਇੱਕ ਭੱਜਣ ਦੀ ਤਿਆਰੀ, ਜਿਹੜੀ MSP ਤੋਂ ਉਹਨੂੰ ਤੋੜਨ ਦੀ ਜਿਹੜੀ ਤਿਆਰੀ ਆ ਉਹ ਇਹਨਾਂ ਦੀ ਪੂਰੀ ਜ਼ੋਰਾਂ 'ਤੇ ਆ, ਪਰ ਉਹ ਖਤਮ ਨਹੀਂ ਹੋਣੀ ਚਾਹੀਦੀ। ਜਿਹੜੇ ਪੁਰਾਣੇ ਸਰੂਪ ਦੇ ਵਿੱਚ ਜਿਹੜੇ ਆਮ ਕਿਸਾਨ ਉਗਾਉਂਦਾ ਫਸਲ, ਉਹਦੇ ਉਹਨੂੰ ਹੀ ਉਹਦੀ ਪੇਮੈਂਟ ਮਿਲਣੀ ਚਾਹੀਦੀ ਹੈ, ਬਤੌਰ ਭਾਵੇਂ ਬੈਂਕ ਮਿਲੇ ਭਾਵੇਂ ਜਿਵੇਂ ਮਰਜ਼ੀ ਮਿਲੇ। ਇਹ ਨਹੀਂ ਕਿ ਵੀ ਉਹਦੇ ਤੋਂ ਫਰਦਾਂ, ਮਾਲਕ ਤੋਂ ਫਰਦਾਂ ਲੈ ਲਈਆਂ, ਮਾਲਕ ਕਨੇਡਾ ਬੈਠਾ ਉਹਦੇ ਨਾਂ ਦਾ ਚੈੱਕ ਬਣੂਗਾ, ਜਿਹਨੇ ਠੇਕੇਦਾਰ ਨੇ ਆਪਦਾ ਠੇਕਾ ਭਰ ਕੇ ਜ਼ਮੀਨ ਭਾਵੇਂ ਉਹਨੇ ਪੰਚਾਇਤ ਦੀ ਲਈ ਆ, ਕੋਈ ਉਹ ਤਰ੍ਹਾਂ ਕਾਸ਼ਤਕਾਰ ਕਰਦਾ ਕਿਤਨਾ ਵੀ ਉਹ ਕਰਦਾ ਵਾ, ਉਹਨੂੰ ਉਹ ਜਿਹੜਾ ਉਗਾਉਂਦਾ ਉਹਨੂੰ ਅਦਾਇਗੀ ਮਿਲਣੀ ਚਾਹੀਦੀ, ਨਾ ਕਿ ਜਿਹਦੇ ਨਾਂ 'ਤੇ ਫਰਦ ਬਣੀ ਹੋਵੇ। ਹੁਣ ਇੱਕ ਫਰਦ ਵਾਲਾ ਤਾਂ ਬਣ ਗਿਆ, ਜਿਹੜੀ ਮੰਨ ਲਓ ਦੇਸ਼ ਦੇ ਵਿੱਚ 9 ਲੱਖ ਪੰਜਾਬ ਦੇ ਵਿੱਚ ਹੈਗੇ ਕਾਸ਼ਤਕਾਰ ਆ, ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ 5 ਕਿੱਲੇ ਵਾਲੇ ਆ, ਪਰ ਜਿਹੜੇ 2 ਕਿੱਲੇ 2.5 ਕਿੱਲੇ ਕਿੱਲੇ ਵਾਲੇ ਆ ਲੋਕ ਆ, ਉਹਨਾਂ ਨੇ ਠੇਕੇ ਦੇ ਮਜਬੂਰਨ ਫਸਲ ਨੂੰ ਉਗਾਉਣ ਵਾਸਤੇ ਜਾਂ ਮਸ਼ੀਨਰੀ, ਮਹਿੰਗੀ ਮਸ਼ੀਨਰੀ ਲੈਣ ਵਾਸਤੇ ਉਹਨਾਂ ਨੂੰ ਵੱਡੇ ਪੱਧਰ 'ਤੇ ਆਪਣਾ ਠੇਕੇ 'ਤੇ ਜ਼ਮੀਨਾਂ ਲੈਣੀਆਂ ਪੈਂਦੀਆਂ, ਹਿੱਸੇ 'ਤੇ ਲੈਣੀਆਂ ਪੈਂਦੀਆਂ। ਉਹ ਉਹਨਾਂ 'ਤੇ ਸਿੱਧਾ ਘਾਣ ਕਰਨ ਵਾਸਤੇ ਇਹਨਾਂ ਨੇ ਇਹ ਕੀਤਾ ਵੀ ਉਹਨਾਂ ਨੇ ਹਿੱਸੇ 'ਤੇ ਲੈ ਕੇ ਠੇਕੇ 'ਤੇ ਲੈ ਕੇ ਅਤੇ ਅਦਾਇਗੀ ਕਿੱਥੋਂ ਲੈਣੀ ਆ, ਫਿਰ ਉਹ ਮਾਲਕ ਦੇ ਨਾਲ ਜ਼ਮੀਨ ਦੇ ਨਾਲ ਆਲੇ 'ਤੇ ਚਲੇ ਗਈ, ਫਿਰ ਉਹ ਸਾਰੀਆਂ ਠੱਗੀਆਂ ਠੂਰੀਆਂ ਵੱਜਣਗੀਆਂ, ਬਹੁਤ ਵੱਡਾ ਘਪਲਾ ਹੋਊਗਾ, ਸਿੱਧਾ ਆ ਕੇ ਕਿਸਾਨਾਂ 'ਤੇ ਹਮਲਾ ਆ। ਪੁਰਾਣੇ ਉਹ ਜਿਹੜੇ ਕਾਨੂੰਨ ਨਾਲ ਜਿਹੜੇ ਬਣਾਏ ਆ ਨਾ 3, ਉਹਨਾਂ ਨੂੰ ਲਿਆਉਣ ਵਾਸਤੇ ਸਾਰਾ ਕੁਝ ਕੀਤਾ ਘੜਿਆ ਜਾ ਰਿਹਾ ਹੈ। ਇਹਦੀ ਸਖ਼ਤ ਸ਼ਬਦਾਂ 'ਚ ਸਾਡੇ ਜਥੇਬੰਦੀਆਂ, ਟੋਟਲ ਜਥੇਬੰਦੀਆਂ ਸਾਡੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਜਾਂਦੀ ਆ, ਅਤੇ ਇਹ ਜਿਹੜੀਆਂ ਬੇਲੋੜੀਆਂ ਸ਼ਰਤਾਂ ਵਾ ਇਹ ਵਾਪਸ ਲਈਆਂ ਜਾਣ, ਅਤੇ ਜੇ ਇਹ ਨਹੀਂ ਵਾਪਸ ਲੈਂਦੀ ਸਰਕਾਰ, ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਇਹ ਮਿਲੀ ਭੁਗਤ ਨਾਲ ਸਾਰਾ ਕੁਝ ਕਰ ਰਹੀ ਆ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜਾ ਦਿੱਲੀ ਦੇ ਵਿੱਚ ਵੀ ਸੰਘਰਸ਼ ਚੱਲ ਰਿਹਾ, ਪੰਜਾਬ ਦੇ ਵਿੱਚ ਵੀ ਹੋਰ ਤਿੱਖਾ ਸੰਘਰਸ਼ ਚੱਲੂਗਾ, ਇਹ ਰੱਦ ਇਹਨਾਂ ਨੂੰ ਕਰਨੇ ਪੈਣੇ। ਅਤੇ ਜਿਹੜੇ ਕਾਨੂੰਨ ਖੇਤੀ ਦੇ ਬਣਾਏ ਹੋਏ 3, ਹਵਾ ਪ੍ਰਦੂਸ਼ਣ ਵਾਲਾ ਕਾਨੂੰਨ ਬਣਾਇਆ ਹੋਇਆ ਹੈ ਜਾਂ ਬਿਜਲੀ ਸੋਧ ਬਿੱਲ ਦਾ ਸਾਰੇ ਲੋਕਾਂ ਲਈ ਇਹ ਘਾਤਕ ਆ, ਉਹ ਵੀ ਸਾਰੇ ਰੱਦ ਕਰਕੇ ਇੱਕ ਨਵੇਂ ਆਪਣਾ ਭਾਰਤ ਦੀ ਸਿਰਜਣਾ ਕਰਨੀ ਚਾਹੀਦੀ ਹੈ। ਪਿਛਲੀ ਗੁਲਾਮੀ ਨੂੰ ਤੋੜਨਾ ਚਾਹੀਦਾ, ਦੇਸ਼ ਨੂੰ ਆਜ਼ਾਦ ਰੱਖਣਾ ਚਾਹੀਦਾ, ਗੁਲਾਮੀ ਵੱਲ ਨਹੀਂ ਲਿਜਾਣਾ ਚਾਹੀਦਾ, ਇਹ ਸਰਕਾਰਾਂ ਦੀ ਫਰਜ਼ ਬਣਦਾ ਹੈ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਨਾ ਕਿ ਸਰਕਾਰਾਂ ਵੱਡੀਆਂ ਹੁੰਦੀਆਂ। ਇੰਨੀਆਂ ਮੇਰੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਮੰਗ ਪੱਤਰ ਪ੍ਰਾਪਤ ਹੋਇਆ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਜਿਹੜਾ ਉਹ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੂੰ ਭੇਜ ਦਿੱਤਾ ਜਾਵੇ, ਜੋ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਦੇ।